ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੌਰ ਸੰਧੂ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਚਲੋ ਜੀ, ਅੱਜ ਹੈ ਦੁਸਹਿਰਾ, ਅੱਜ ਦੁਸਹਿਰੇ ਦਾ ਤਿਉਹਾਰ ਹੈਗਾ। ਸਾਰਿਆਂ ਨੂੰ ਦੁਸਹਿਰੇ ਦੇ ਤਿਉਹਾਰ ਦੀਆਂ ਜੀ ਲੱਖ ਲੱਖ ਵਧਾਈਆਂ ਹੋਣ ਮੇਰੇ ਵੱਲੋਂ। ਪਰਮਾਤਮਾ ਕਰੇ ਹੈ ਨਾ ਸਾਰਿਆਂ ਦਾ ਸੁੱਖ ਸ਼ਾਂਤੀ ਨਾਲ ਬਤੀਤ ਹੋਵੇ ਇਹ ਤਿਉਹਾਰ। ਹੁਣ ਆਪਾਂ ਮੱਥਾ ਟੇਕਦੇ ਹਾਂ, ਖੀਰ ਮੈਂ ਬਣਾ ਲਈ, ਹੁਣ ਆਪਾਂ ਮੱਥਾ ਟੇਕਣ ਲੱਗਦੇ ਹਾਂ। ਚਲੋ ਜੀ, ਪਹਿਲਾਂ ਮੇਰੇ ਕੋਲ ਬਹੁਤ ਜ਼ਿਆਦਾ, ਪਹਿਲਾਂ ਅਸੀਂ ਸਵੇਰੇ ਸਾਂਝੀ ਤੇਰਨ ਬਾਗੇ, ਫਿਰ ਉਸ ਤੋਂ ਬਾਅਦ ਕੱਪੜੇ ਵਾਲੇ ਬਹੁਤ ਜ਼ਿਆਦਾ ਆਈ ਗਏ ਹੈ ਨਾ, ਟਾਈਮ ਨਹੀਂ ਮਿਲਿਆ ਹੈਗਾ। ਹੁਣ ਲੇਟ ਹੀ ਹੋ ਗਈ, ਮੈਂ 8 ਵੱਜ ਗਏ, ਨਹੀਂ ਮੈਂ 7 ਵਜੇ ਨੂੰ ਮੱਥਾ ਟੇਕ ਦਿੰਦੀ ਹੁੰਦੀ ਹਾਂ। ਹੁਣ ਆਪਾਂ ਮੱਥਾ ਟੇਕਦੇ ਹਾਂ, ਫਿਰ ਆਪਾਂ ਬਾਬਾ ਜੀ ਵੀ ਆਉਣਗੇ ਆਪਣੇ ਘਰ ਪ੍ਰਸ਼ਾਦਾ ਛਕਣ, ਆਪਾਂ ਉਹਨਾਂ ਨੂੰ ਵੀ ਪ੍ਰਸ਼ਾਦਾ ਛਕਾਵਾਂਗੇ। ਹੁਣ ਆਪਾਂ ਘਰੇ ਮੱਥਾ ਟੇਕ ਦਈਏ, ਪਹਿਲਾਂ ਆਪਾਂ ਘਰੇ ਮੱਥਾ ਟੇਕਦੇ ਹਾਂ। ਲਓ ਜੀ, ਹੁਣ ਆਪਾਂ ਜਿਵੇਂ ਆਪਣੇ ਰੀਤੀ ਰਿਵਾਜ਼ ਚੱਲਦੇ ਆਉਂਦੇ ਨੇ ਪਿੰਡਾਂ 'ਚ, ਹੁਣ ਆਪਾਂ ਪਥੂਲੀਆਂ ਕਰਾਂਗੇ 10, ਅਤੇ ਇਹ ਕਰਦੇ ਹਾਂ ਆਪਾਂ ਮੱਥਾ ਟੇਕਣ ਵਾਸਤੇ। ਹਰਸ ਟਿਊਸ਼ਨ ਗਿਆ ਹੋਇਆ, 6 ਵਜੇ ਗਿਆ ਸੀਗਾ, ਅੱਜ 6:30, ਹੁਣ ਆ ਕੇ ਉਹ ਮੱਥਾ ਟੇਕੂਗਾ। ਆਪਾਂ ਉਹਨਾਂ ਚਿਰ ਮੱਥਾ ਟੇਕ ਦਿੰਦੇ ਹਾਂ, ਚਲੋ ਤਿਆਰੀ ਕਰ ਲੈਂਦੇ ਹਾਂ। ਇਹ ਜਿਹੜੇ ਅੱਜ ਬਣਾਵਾਂਗੇ ਆਪਾਂ ਮੱਥਾ ਟੇਕਾਂਗੇ, ਪਤੂਲੀਆਂ ਬਣਾਵਾਂਗੇ, ਇਹ ਆਪਾਂ ਦੀਵਾਲੀ ਵਾਲੇ ਦਿਨ ਜਾਲਦੇ ਹੁੰਦੇ ਇਹਨਾਂ ਨੂੰ, ਅਤੇ ਸਾਨੂੰ ਤਾਂ ਪਹਿਲਾਂ ਤੋਂ ਹੀ ਮੰਮੀ ਵੀ ਐਂ ਕਰਦੇ ਹੁੰਦੇ ਤੇਗੇ, ਮੇਰੇ ਪਿੰਡ ਵੀ ਅਤੇ ਉਰੇ ਵੀ ਮੰਮੀ ਐਂ ਕਰਦੇ ਨੇਗੇ। ਦੁਸਹਿਰੀ ਦੀਵਾਲੀ ਵਾਲੇ ਦਿਨ ਆਪਾਂ ਜੋ ਵੀ ਕੁਛ ਹੈ ਨਾ ਉਹਦਾ ਬਣਾਉਂਦੇ ਹਾਂ ਚੁੱਲ੍ਹੇ 'ਤੇ, ਦੀਵਾਲੀ ਵਾਲੇ ਦਿਨ ਆਪਾਂ ਇਹਨਾਂ ਨੂੰ ਜਾਲ ਲੈਂਦੇ ਹੁੰਦੇ ਹਾਂ। ਇੱਥੇ ਪਹਿਲਾਂ ਮੈਂ ਪੋਚਾ ਲਾ ਲਿਆ ਤੀ ਜਗ੍ਹਾ 'ਤੇ, ਪੋਚਾ ਲਾ ਕੇ ਆਪਾਂ ਨੇ ਫਿਰ ਹੀ ਉਹ ਕਰਿਆ, ਖੀਰ ਆਪਣੀ ਬਣਾਈ ਪਈ ਹੈ। ਖੀਰ ਵੀ ਲੈ ਕੇ ਜਾਵਾਂਗੇ, ਫਿਰ ਆਪਾਂ ਗੁਰਦੁਆਰਾ ਸਾਹਿਬ ਵੀ ਜਾਣਾ ਹੈ ਨਾ, ਆਪਾਂ ਉੱਥੇ ਵੀ ਖੀਰ ਲੈ ਕੇ ਚੱਲਾਂਗੇ। ਪਹਿਲਾਂ ਬਾਬਾ ਜੀ ਨੂੰ ਰੋਟੀ ਖਵਾਵਾਂਗੇ, ਪਹਿਲਾਂ ਘਰ ਮੱਥਾ ਟੇਕਾਂਗੇ, ਫਿਰ ਬਾਬਾ ਜੀ ਨੂੰ ਰੋਟੀ ਖਵਾਵਾਂਗੇ, ਫਿਰ ਆਪਾਂ ਗੁਰਦੁਆਰਾ ਸਾਹਿਬ ਚੱਲਾਂਗੇ। ਵੈਸੇ ਮੈਂ ਦੁੱਧ ਅਤੇ ਦੇਗ ਗੁਰਦੁਆਰੇ ਫੜਾਇਆ ਏ ਕੁਲਵਿੰਦਰ ਜੀ, 10ਵੀਂ ਵਾਲੇ ਦਿਨ ਆਪਣੇ ਗੁਰਦੁਆਰਾ ਸਾਹਿਬ ਭੋਗ ਪੈਂਦੇ ਹੁੰਦੇ ਨੇ, ਸਾਡੇ 10ਵੀਂ ਵਾਰ ਦੀ ਹੈ ਗੁਰਦੁਆਰਾ ਸਾਹਿਬ। ਖੀਰ ਆਪਾਂ ਨੇ ਬਣਾ ਲਈ ਅਤੇ ਹੁਣ ਆਪਾਂ ਖੀਰ ਮੱਥਾ ਟੇਕਣ ਨੂੰ ਪਾ ਲੈਂਦੇ ਹਾਂ, ਨਾਲੇ ਬਾਬਾ ਜੀ ਦੀ ਕੱਢ ਲੈਂਦੇ ਹਾਂ। ਬਾਕੀ ਸਾਰੀ ਖੀਰ ਨਾ ਮੈਂ ਗੁਰਦੁਆਰਾ ਸਾਹਿਬ ਦੇ ਦੂੰਗੀ, ਪਤਾ ਕਿ ਘਰ ਕੋਈ ਨਹੀਂ ਖਾਂਦਾ ਹੈਗਾ ਮਿੱਠਾ, ਫਿਰ ਐਂ ਬੇਕਾਰ ਹੀ ਜਾਂਦੀ ਹੈ ਜੀ, ਉੱਥੇ ਕਿਸੇ ਦੇ ਮੂੰਹ 'ਚ ਪੈ ਜਾਂਦੀ ਹੈ। ਕੇਨੀ 'ਚ ਦੁੱਧ ਦੇ ਕੇ ਆਏ ਤੇਗੇ ਗੁਰਦੁਆਰਾ ਸਾਹਿਬ, ਦੁੱਧ ਵਾਲੀ ਕੇਨੀ ਤੀ, ਮੈਂ ਇਹਦੇ ਵਿੱਚ ਹੀ ਖੀਰ ਪਾ ਦਿੰਦੀ ਹਾਂ। ਇੱਕ ਹੋਰ ਗੱਲ ਦੇਖੋ, ਆਪਣੇ ਜੌਂ ਕਿੰਨੇ ਜ਼ਿਆਦਾ ਸੋਹਣੇ ਹੋਏ ਨੇ, ਬਹੁਤ ਜ਼ਿਆਦਾ ਸੋਹਣੇ ਜੌਂ ਹੋਏ ਨੇਗੇ, ਇੰਨੇ ਵਧੀਆ ਹੋਏ ਨੇ, ਸਿੱਧੇ ਸਿੱਧੇ ਖੜ੍ਹੇ ਨੇ, ਕੋਈ ਨਹੀਂ ਡਿੱਗਿਆ ਹੈਗਾ, ਬਹੁਤ ਵਧੀਆ ਜੌਂ ਹੋਏ ਨੇਗੇ। ਚੁੱਲ੍ਹੇ 'ਤੇ ਬਣਾ ਲਈ ਤੀ ਆਪਾਂ ਨੇ ਖੀਰ ਸਵੇਰੇ, ਚੁੱਲ੍ਹੇ 'ਤੇ ਅੱਗ ਮਚਾ ਲਈ ਤੀ ਮੈਂ, ਨਾਲੇ ਆਪਣੀ ਲੇਟੀ ਬਣ ਗਈ, ਨਾਲੇ ਦੁੱਧ ਨੂੰ ਗਾਲੀ ਦੇ ਲਈ ਤੀ, ਉੱਥੇ ਸਾਰਾ ਕੰਮ ਚੁੱਲ੍ਹੇ 'ਤੇ ਮਿੰਟ 'ਚ ਵੀ ਹੋ ਜਾਂਦਾ ਜੀ। ਗੈਸ 'ਤੇ ਵੀ ਕਰ ਲੈਂਦੀ, ਚਲੋ ਗੈਸ 'ਤੇ ਥੋੜ੍ਹਾ ਜਿਹਾ ਕੰਮ ਹੌਲੀ ਬਣਦਾ ਹੈਗਾ, ਗੈਸ ਤਾਂ ਹੁਣ ਆਪਣੇ ਗੋਬਰ ਗੈਸ ਵੀ ਲੱਗਿਆ ਹੋਇਆ ਘਰ ਦਾ, ਉਹ ਵੀ ਬਹੁਤ ਚੱਲਦਾ ਹੈਗਾ, ਜਿੰਨਾ ਮਰਜ਼ੀ ਕੰਮ ਕਰ ਲਈਏ। ਮੈਨੂੰ ਚੁੱਲ੍ਹੇ 'ਤੇ ਕੰਮ ਕਰਨਾ ਥੋੜ੍ਹਾ ਜਿਹਾ ਬਹੁਤ ਜ਼ਿਆਦਾ ਵਧੀਆ ਲੱਗਦਾ, ਕਿਉਂਕਿ ਬਾਲਣ ਬੁਲਣ ਆਪਣੇ ਆਮ ਹੈਗਾ ਹੈ ਨਾ, ਪਰਚੀ ਗੋਹਾ ਪੂਰਾ ਹੈਗਾ, ਚੁੱਲ੍ਹੇ 'ਤੇ ਬਹੁਤ ਛੇਤੀ ਕੰਮ ਬਣ ਜਾਂਦਾ। ਇਹਨਾਂ ਨੂੰ ਥੋੜ੍ਹਾ ਜਿਹਾ ਪਾਣੀ ਲਾਉਣਾ, ਅੱਜ ਮੇਰੇ ਲੱਗਦਾ ਲੱਡੇ ਵੀ ਜਾਣੇ ਟੋਲ ਪਲਾਜ਼ੇ 'ਤੇ, ਕਹਿੰਦੇ ਤੇ ਰਾਵਣ ਦਾ ਫਰ ਪੁਤਲਾ ਫੁੱਕਣਗੇ। ਲਓ ਜੀ, ਹੁਣ ਆਪਾਂ ਮਾੜਾ ਜਿਹਾ ਹੱਥ ਧੋ ਲਵੇ, ਖੀਰ ਪਾਉਣੇ ਆ। ਹਰਸ ਵੀ ਆ ਗਿਆ, ਟਿਊਸ਼ਨ ਤੋਂ ਉਹਦਾ ਵੀ ਮੱਥਾ ਟੇਕਿਆ ਹੋਵੇ,
हर सूरी आ जा। हम आप होमन पा देने है बाबा जी हजे पिंड च गए हुए ने लैन गए ने जी आप इन्हें उरे मत्था टेक दें बाबा जी का फिर आके रोटी खवा जो आन फिर रोटी खवा देंगे उन्होंने हम आप मत्था टेक दें हर साल पुत मत्था टेक दे पहला चप्पल ला के आ मैं अगे दसवीं तो गुरद्वारा साहब जानी हूँ प्रशादियां की सेवा करवा सवेरे 8 बजे वग जानी हाँ अज मैं बाबा जी ने रोटी खवा करके है ना मैं उन्होंने वेट कर दी थी मैं ता करके गई नहीं हैगी हूँ मैं उन्होंने रोटी खवाए बिना जा नहीं सकती। चलो जी कोई गल नहीं फिर भोग से पहुँचा है ना दसवीं तो आप अज हर हालत जाने हूँ महीने बाद दसवीं तो असं जाने जाने हाँ मत्था टेक महाराज सच्चे पातशाह तंदुरुस्ती बख्शियो लो जी हुण कुलविंदर जी मत्था टेकते ने बाबा जी तो मिले नहीं है गेड़ा दे के आ गए मैं कहा अज बाबा जी कित्थे थे आउणगे अगे तो जो मैं कुमारी हुंदी थी जो है ना मेरी मम्मी मत्था टेकदी हुंदी थी एक तो रूह का कौला भर के धर दिंदी थी लवे इन्नी सारी रूह एक अद्धा बठल करके कणक का धर दिंदी थी फिर वह कणक कह दिंदी थी कुड़ियां लै जाओ दुकान ते फिर असीं उहदी कोई चीज़ खा के आउंदे लै के तुसीं वी टेक दिंदे थे मम्मी फिर सानू चा चढ़ जाए जे कहते बठल च कणक पा लियो फिर मैं पूरा भर लियादी मैं कहती भी आप नहीं लेके जाना फिर दुकान से वह समान खाए आते बच्चों तो चलो जी यही जी गल वधिया लगदिया ने है ना पर हुण उरे तो एवें करे नहीं कदे इन्हां ने मम्मी उरे ने उरे असीं एवें मत्था टेकदे हुंने आ कपाहां घर दियां हुंदियां ते आने तां करके इन्नी कपाह धर दिंदे ते दुकान वाला भी कपाह लै लैंदा ते जदों वेचण जांदे ते हुण तां ना किसे दे कपाहां ही ने ते ना ही कोई दुकानदार खरीददा बस जिवें जिवें दा मॉडर्न होई जा रहा जमाना है ना कपड़े कहाँ चने बाबा जी दे मैं लफाफे च पा दूंगा जाओ करो वाहेगुरु जातक मंगे दान दे प्यारे दीप नाल सार लाइए सारे गद्दा दादा एक ऐसा को जे जन जा सो कर पर एक बार तसी जे सो की पाए कौन आन कर दी आप ऐसे कर दे भाई शहर पानी सिखा से तो जरूर अंदर तक दी थी सती महाराज की खास सती जरूर मुझे कृपा हुई है कई सारे मिले जिन्हें मेरे आप का नाम चिता हुआ नाम सुना कर दी कला तेरी जो मर जा पानी पा ले भाई सोच सै कितने ले भाई हाथ ही कदे उस्मान छड़े दे बाबा जी अच्छी गेले हमारी जाओ जी चलो